नमस्कार खबर के इस बुलेटिन में स्वागत है मैं हरप्रीत कौर पहला पेश ने चुनवी खबर प्रधानमंत्री नरेंद्र मोदी इटली ते यूके दे पांच दिना दौरे ते आज रात रवाना होंगे केंद्रीय खाद्य राज्य मंत्री ने खादा की घाट संबंधी अफवाहों का किया खंडन ਪੰਜਾਬ ਪਾਜਪਾ ਨੇ ਸਦਪਾਵਨਾ ਅਮਨ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਤੇ ਪਰਦਾਨ ਮੰਤਰੀ ਆਵਾਸ ਯੋਜਨਾ ਅਤੇ ਸਵੈ ਨਿਧੀ ਯੋਜਨਾ ਨੇ ਕਈ ਲੋਕਾਂ ਨੂੰ ਪਹੁੰਚਾਇਆ ਲਾਭ ਤੇ ਹੁਣ ਖਬਰਾਂ ਵਿਸਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ G20 ਤੇ COP 26 ਸिखर ਸੰਮੇਲਨ ਵਿੱਚ ਹਿੱਸਾ ਲੈਣ ਲਈ ਅੱਜ ਰਾਤ ਇਟਲੀ ਤੇ UK ਦੇ 5 ਦਿਨਾਂ ਦੌਰੇ ਤੇ ਰਵਾਨਾ ਹੋ ਰਹੇ ਨੇ। ਪਹਿਲੇ ਪੜਾਅ ਵਿੱਚ ਪ੍ਰਧਾਨ ਮੰਤਰੀ ਰੋਮ ਵਿੱਚ 30 ਤੋਂ 31 ਅਕਤੂਬਰ ਤੱਕ ਚੱਲਣ ਵਾਲੇ G20 ਸੰਮੇਲਨ ਵਿੱਚ ਸ਼ਾਮਲ ਹੋਣਗੇ। ਪ੍ਰਧਾਨ ਮੰਤਰੀ ਸੰਮੇਲਨ ਤੋਂ ਹਟ ਕੇ ਇਟਲੀ ਦੇ ਪ੍ਰਧਾਨ ਮੰਤਰੀ ਸਮੇਤ ਹੋਰਨਾਂ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਯੂਕੇ ਦੇ ਗਲਾਸਗੋ ਵਿੱਚ 1 ਤੇ 2 ਨਵੰਬਰ ਨੂੰ ਹੋਣ ਵਾਲੇ ਕੋਪ 26 ਸੰਮੇਲਨ ਵਿੱਚ ਹਿੱਸਾ ਲੈਣਗੇ। ਇਸ ਸੰਮੇਲਨ ਵਿੱਚ ਪ੍ਰਧਾਨ ਮੰਤਰੀ ਬੌਰੀਸ ਜੌਨਸਨ ਸਮੇਤ ਕਈ ਹੋਰਨਾਂ ਨੇਤਾਵਾਂ ਨਾਲ ਦੁਵੱਲੀਆਂ ਮੀਟਿੰਗਾਂ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸ ਪ੍ਰਗਟਾਈਏ ਕਿ ਕੋਵਿਡ ਦੇ ਦੌਰ ਵਿੱਚ ਭਾਰਤ ਆਸIAN ਦੋਸਤੀ ਭਵਿੱਖ ਵਿੱਚ ਸਬੰਧਾਂ ਨੂੰ ਮਜ਼ਬੂਤ ਬਣਾਈ ਰੱਖੇਗੀ ਤੇ ਲੋਕਾਂ ਵਿਚਾਲੇ ਸਦਭਾਵਨਾ ਦਾ ਆਧਾਰ ਬਣੇਗੀ। ਅੱਜ 18ਵੀਂ ਆਸIAN ਭਾਰਤ ਸਿਖਰ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕੋਵਿਡ ਕਾਰਨ ਸਾਰਿਆਂ ਨੂੰ ਕਾਫੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਚੁਣੌਤੀਪੂਰਨ ਸਮਾਂ ਭਾਰਤ ਆਸੀਆਨ ਦੋਸਤੀ ਦੀ ਪ੍ਰੀਖਿਆ ਦੀ ਘੜੀ ਵੀ ਸੀ। ਸ਼੍ਰੀ ਮੋਦੀ ਨੇ ਇਸ ਗੱਲ ਤੇ ਜ਼ੋਰ ਦੇਤਾ ਕਿ ਭਾਰਤ ਤੇ ਆਸੀਆਨ ਵਿਚਾਲੇ ਹਜ਼ਾਰਾਂ ਵਰਿਆਂ ਦੇ ਜੀਵੰਤ ਸਬੰਧਾਂ ਦਾ ਇਤਿਹਾਸ ਗਵਾ ਰਿਆ। ਉਹਨਾਂ ਕਹਾਂਗੇ ਆਸੀਆਨ ਦੀ ਇਕਤਾ ਹਮੇਸ਼ਾ ਭਾਰਤ ਦੀ ਪ੍ਰਾਤਮਿਕਤਾ ਰਹੀਏ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਲ 2022 ਵਿੱਚ ਭਾਰਤ ਆਸੀਆਨ ਸਾਂਝੇਦਾਰੀ ਦੇ 30 ਵਰੇ ਪੂਰੇ ਹੋਣਗੇ ਤੇ ਭਾਰਤ ਵੀ ਆਪਣੀ ਸੁਤੰਤਰਤਾ ਦੇ 75 ਸਾਲ ਪੂਰੇ ਕਰੇਗਾ। ਉਹਨਾਂ ਕਹਾਂਗੇ ਭਾਰਤ ਇਸ ਨੂੰ ਆਸੀਆਨ ਭਾਰਤ ਦੋਸਤੀ ਵਰੇ ਦੇ ਰੂਪ ਵਿੱਚ ਮਨਾਵੇਗਾ। हमने आसियान इंडिया समिट की परंपरा को बरकरार रखा है मैं हिज मैजिस्ट्री ब्रुनेई के सुल्तान का 2021 में आसियान की सफल अध्यक्षता के लिए अभिनंदन करता हूं योर मैजिस्ट्री एक्सलेंसी कोविड 19 महामारी के कारण हम सभी को अनेक चुनौतियों से जूझना पड़ा लेकिन यह चुनौतीपूर्ण समय भारत आसियान मित्रता की कसौटी भी रहा कोविड के काल में देशव्यापी कोविड टीकाकरण मुहिम तहत भारत ने 104 करोड़ तो वीके लगा के एक नवा मील पत्थर पार किया सेहत मंत्रालय वालों दी गई जानकारी मुताबक हूँ तक साढ़े बहत्तर करोड़ लोगों वैक्सीन की पहली खुराक दी गई है जबकि इकती करोड़ सतवंजा लख तो लोग दूजा टीका लगवा चुके हैं। बीते चौबी घंटे दौरान अड़ताली लाख तो वीके लगाए गए मंत्रालय मुताबक कोविड उन्नीस तो सेहतयाब होने की दर अठानवे इशारिया एक नौ फीसद हो गई है जो कि इस वरे मार्च महीने तो लैके सब तो ज्यादा है ਬੀਤੇ 24 ਘੰਟਿਆਂ ਵਿੱਚ ਕੋਵਿਡ-19 ਦੇ 13000 ਨਵੇਂ ਕੇਸ ਸਾਹਮਣੇ ਆਏ ਜਿਸ ਨਾਲ ਕੁੱਲ ਐਕਟਿਵ ਕੇਸਾਂ ਦੀ ਗਿਣਤੀ 162661 ਹੋ ਗਈ ਹੈ ਪੰਜਾਬ ਵਿੱਚ ਹੁਣ ਤੱਕ 2 ਕਰੋੜ 1933000 ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਨੇ ਜਿਨ੍ਹਾਂ ਵਿੱਚੋਂ 1 ਕਰੋੜ 58 ਲੱਖ ਤੋਂ ਵੱਧ ਲਾਪਾਤਰੀਆਂ ਨੂੰ ਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਗਈ ਹੈ ਤੇ 61 ਲੱਖ ਤੋਂ ਵੱਧ ਲੋਕ ਵੈਕਸੀਨ ਦਾ ਦੂਜਾ ਟੀਕਾ ਵੀ ਲਗਵਾ ਚੁੱਕੇ ਨੇ ਕੇਂਦਰੀ ਰਸਾਇਣ ਅਤੇ ਖਾਦ ਰਾਜ ਮੰਤਰੀ ਭਗਵੰਤ ਖੂਬਾ ਨੇ ਦੇਸ਼ ਵਿੱਚ ਖਾਦਾਂ ਦੀ ਕਮੀ ਦੀਆਂ ਅਫਵਾਹਾਂ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਜਿੰਨੀ ਖਾਦ ਦੀ ਜ਼ਰੂਰਤ ਹੋਵੇਗੀ ਉਹ ਉਪਲਬਧ ਕਰਵਾਈ ਜਾਵੇਗੀ। ਸ਼੍ਰੀ ਖੂਬਾ ਨੇ ਕਿਹਾ ਕਿ ਇਸ ਸਾਲ ਨੈਨੋ ਯੂਰੀਆ ਦਾ ਉਤਪਾਦਨ ਵਧਿਆ ਹੈ ਤੇ ਅਗਲੇ ਸਾਲ ਤੋਂ ਨੈਨੋ ਡਾਈਐਮੋਨੀਆ ਫਾਸਫੇਟ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਆਜ਼ਾਦੀ ਕਾਮਰਤ ਮੌਤਸਵ ਨੂੰ ਸਮਰਪਿਤ ਆਜ਼ਾਦੀ ਦਾ ਸਫ਼ਰ ਤਹਿਤ ਅਸੀਂ ਭਾਰਤੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁੰਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਤੇ ਸਮਾਜ ਸੇਵੀ ਸਿਸਟਰ ਨਿਵੇਦਤਾ ਬਾਰੇ ਦੱਸਾਂਗੇ ਪੇਸ਼ ਹੈ ਇੱਕ ਰਿਪੋਰਟ ਜਾਵੇ ਦੀ ਤਨੇ ਫੁੱਟੇ ਛੇ ਜਿਵੇਂ ਛਤ ਦੋ ਨਿਵੇਦਤਾ ਨਾਮੇ ਇਹ જગਤ ਜਾਣੇ ਤੁਹਾਡੂਤ ਪੂਤ ਲਈ ਬਾਚ ਅੱਜ ਯਾਨੀ 28 ਅਕਤੂਬਰ ਨੂੰ ਕ੍ਰਾਂਤੀਕਾਰੀ ਅਤੇ ਸਮਾਜ ਸੇਵੀ ਸਿਸਟਰ ਨਿਵੇਦਤਾ ਦੀ ਜਨਮ ਦਿਤੀ ਹੈ। ਸਵਾਮੀ ਵਿਵੇਕਾਨੰਦ ਨੇ ਉਹਨਾਂ ਨੂੰ ਨਿਵੇਦਤਾ ਨਾ ਦਿੱਤਾ ਸੀ। ਆਇਰਲੈਂਡ ਵਿੱਚ 18 ਅਕਤੂਬਰ 1867 ਨੂੰ ਜਨਮੀ ਨਵੇਦਤਾ ਦਾ ਅਸਲੀ ਨਾਂ ਮਾਰਗਰੀਟ ਐਲਿਜ਼ਾਬੈਥ ਨੋਬਲਸੀ ਨਵੇਦਤਾ ਦੇ ਦਾਦਾ ਜੌਨ ਨੋਬਲ ਪਿਤਾ ਸੈਮੂਅਲ ਰਿਚਮੰਡ ਅਤੇ ਉਹਨਾਂ ਦੇ ਨਾਨਾ ਹਿਮਲਟਨ ਆਇਰਿਸ਼ ਆਜ਼ਾਦੀ ਸੰਗਰਾਮ ਦੇ ਮਹੋਰੀ ਸੈਨਾ ਨਹੀਂ ਰਹੇ ਕਾਲਜੇ ਪੜਾਈ ਤੋਂ ਬਾਅਦ 1884 ਤੋਂ 1894 ਤੱਕ ਉਹਨਾਂ ਨੇ ਅਧਿਆਪਨ ਕੀਤਾ ਸਨ 1895 ਵਿੱਚ ਲੰਡਨ ਵਿੱਚ ਸਵਾਮੀ ਵਿਵੇਕਾਨੰਦ ਨਾਲ ਮੁਲਾਕਾਤ ਨੇ ਉਨ੍ਹਾਂ ਦੀ سوچ ਅਤੇ ਜ਼ਿੰਦਗੀ ਬਦਲ ਦਿੱਤੀ ਵਿਵੇਕਾਨੰਦ ਦੇ ਪ੍ਰਭਾਵ ਵਿੱਚ ਉਹ 1895 ਵਿੱਚ ਕਲਕੱਤਾ ਪੁੱਜੇ ਅਤੇ ਨਾ ਸਿਰਫ ਇਥੋਂ ਦੇ ਹੋ ਕੇ ਰਹਿ ਗਏ ਬਲਕਿ ਭਾਰਤੀ ਪਾਵਨਾ ਦੀ ਪ੍ਰਤੀਮੂਰਤ ਬਣ ਗਏ 25 ਮਾਰਚ 1898 ਨੂੰ ਜਦੋਂ ਉਨ੍ਹਾਂ ਨੇ ਬ੍ਰਹਮਚਰ्य ਦਾ व्रत ਲਿਆ ਤਾ ਵਿਵੇਕਨੰਦੇ ਉਨ੍ਹਾਂ ਨੂੰ ਨਿਵੇਦਤਾ ਦਾ ਨਾਮ ਦਿੱਤਾ ਜਿਸ ਦਾ ਮਤਲਬ ਹੁੰਦਾ ਹੈ ਪ੍ਰਮਾਤਮਾ ਲਈ ਸਮਰਪਿਤ ਮਈ 20 ਅਕਤੂਬਰ 1898 ਦੌਰਾਨ ਸਿਸਟਰ ਨਿਵੇਦਤਾ ਨੇ ਸਵਾਮੀ ਵਿਵੇਕਨੰਦ ਦੇ ਨਾਲ ਅਲਮੋੜਾ ਅਤੇ ਕਸ਼ਮੀਰ ਦੀ ਯਾਤਰਾ ਕੀਤੀ ਕਸ਼ਮੀਰ ਵਿੱਚ ਜਦੋਂ ਉਨ੍ਹਾਂ ਨੇ ਬ੍ਰਿਟਿਸ਼ ਸਰਕਾਰ ਦੀਆਂ ਕਾਰਗੁਜ਼ਾਰੀਆਂ ਵੇਖੀਆਂ ਤਾਂ ਉਹ ਇਸ ਨਤੀਜੇ ਤੇ ਪਹੁੰਚੇ ਕਿ ਵਿਦੇਸ਼ੀ ਸ਼ਾਸਨ ਦੇ ਖਾਤਮੇ ਤੋਂ ਬਿਨਾ ਭਾਰਤੀ ਮੁਕਤੀ ਨਹੀਂ ਹੈ ਦਰਅਸਲ ਅੰਗਰੇਜ਼ ਸਰਕਾਰ ਨੇ ਮੱਠ ਅਤੇ ਸੰਸਕ੍ਰਿਤ ਕਾਲਜ ਦੇ ਲਈ ਵਿਵੇਕਾਨੰਦ ਨੂੰ ਜ਼ਮੀਨ ਸੌਪਣ ਦੀ ਮਨਜ਼ੂਰੀ ਕਸ਼ਮੀਰ ਦੇ ਮਹਾਰਾਜਾ ਨੂੰ ਨਹੀਂ ਦਿੱਤੀ ਮਾਰਚ 1899 ਵਿੱਚ ਜਦੋਂ ਕੋਲਕਾਤਾ ਵਿੱਚ ਪਲੇਗ ਫੈਲਿਆ ਤਾਂ ਸਿਸਟਰ ਨਿਵੇਦਤਾ ਨੇ ਨੌਜਵਾਨਾਂ ਦਾ ਸਮੂਹ ਬਣਾਇਆ ਅਤੇ ਰਾਹਤ ਕੰਮਾਂ ਦੇ ਵਿੱਚ ਲੱਗ ਗਏ ਉਹ ਬਾਗਬਾਜ਼ਾਰ ਖੇਤਰ ਦੀ ਹਰੇਕ ਝੂਗੀ ਵਿੱਚ ਗਏ ਅਤੇ ਗਲੀਆਂ ਦੇ ਵਿੱਚ ਝਾੜੂ ਲਗਾ ਕੇ ਸਾਫ਼ ਸਫਾਈ ਕੀਤੀ ਜੂਨ 1899 ਦੇ ਮਾਦ ਵਿੱਚ ਨਿਵੇਦਤਾ ਇੰਗਲੈਂਡ ਪਹੁੰਚੇ ਬਾਅਦ ਵਿੱਚ ਉਹ ਆਪਣੇ ਸਕੂਲ ਦੇ ਲਈ ਫੰਡ ਇਕੱਠਾ ਕਰਨ ਲਈ ਲੈਕਚਰ ਟੂਰ 'ਤੇ ਅਮਰੀਕਾ ਗਈ ਇਸ ਦੌਰਾਨ ਬੋਸਟਨ ਵਿੱਚ ਉਹਨਾਂ ਦੀ ਮੁਲਾਕਾਤ ਵਿਪਨ ਚੰਦਰ ਪਾਲ ਨਾਲ ਹੋਈ ਇੰਗਲੈਂਡ ਵਿੱਚ ਸਿਸਟਰ ਨਿਵੇਦਤਾ ਦੇ ਖਿਲਾਫ ਬਹੁਤ ਮਾੜਾ ਪ੍ਰਚਾਰ ਹੋਇਆ ਪਰ ਇਸ ਨੇ ਉਹਨਾਂ ਨੂੰ ਹੋਰ ਵੀ ਕ੍ਰਾਂਤੀਕਾਰੀ ਬਣਾ ਦਿੱਤਾ ਸਨ 1902 ਵਿੱਚ ਭਾਰਤ ਪਰਤਨ ਤੋਂ ਬਾਅਦ ਚੇਨਈ ਵਿੱਚ ਉਹਨਾਂ ਦਾ ਭਰਪੂਰ ਸਵਾਗਤ ਕੀਤਾ ਗਿਆ। ਉਦੋਂ ਉਹਨਾਂ ਨੇ ਕਿਹਾ ਸੀ ਕਿ ਭਾਰਤ ਦੇ ਲੋਕ ਪੂਰੀ ਤਰ੍ਹਾਂ ਸਮਰੱਥ ਹਨ ਅਤੇ ਕਿਸੇ ਵੀ ਬਾਹਰੀ ਸ਼ਕਤੀ ਨੂੰ ਉਹਨਾਂ ਨੂੰ ਸਲਾਹ ਦੇਣ ਜਾਂ ਉਹਨਾਂ ਦੇ ਮਾਮਲੇ ਵਿੱਚ ਦਖਲ ਦੇਣ ਦਾ ਅਧਿਕਾਰ ਨਹੀਂ ਹੈ। ਉਹਨਾਂ ਦੇ ਭਾਸ਼ਣ ਦੀ ਖੂਬ ਸ਼ਲਾਘਾ ਕੀਤੀ ਗਈ ਪਰ ਅੰਗਰੇਜ਼ ਸਰਕਾਰ ਨੇ ਉਹਨਾਂ ਤੇ ਪਾਬੰਦੀਆਂ ਲਗਾ ਦਿੱਤੀਆਂ। ਕਲਕੱਤਾ ਵਿੱਚ ਨਿਵੇਦਤਾ ਗਰਲ ਸਕੂਲ ਨੂੰ ਉਹ ਖੁਦ ਚਲਾਉਂਦੇ ਸਨ। ਜੋ ਦੇਸ਼ ਭਗਤ ਦੇ ਰਾਸ਼ਟਰੀਵਾਦੀ ਸੰਸਥਾ ਦਾ ਲਈ ਸ਼ਾਨਦਾਰ ਉਦਾਹਰਣ ਰਿਹਾ ਸਿਸਟਰ ਨਿਵੇਦਤਾ ਨੇ ਸਕੂਲ ਦੇ ਲਈ ਸਰਕਾਰੀ ਸਹਾਇਤਾ ਲੈਣ ਤੋਂ ਮਨ੍ਹਾ ਕਰ ਦਿੱਤਾ ਸੀ। ਉਹਨਾਂ ਨੇ ਸਕੂਲ ਵਿੱਚ દੈਨਿਕ ਸਮਾਚਾਰ ਪੱਤਰਾਂ ਵਿੱਚ ਵੰਦੇ ਮਾਤਰਮ ਅਜੀਹੇ ਸਮੇਂ ਸ਼ੁਰੂ ਕਰਵਾਇਆ ਜਦੋਂ ਜਨਤਕ ਰੂਪ ਤੋਂ ਦੇਸ਼ ਭਗਤੀ ਦੇ ਗੀਤ ਗਾਉਣਾ ਅਪਰਾਧ ਸੀ। ਉਹਨਾਂ ਨੇ ਸਕੂਲ ਵਿੱਚ ਸਵਦੇਸ਼ੀ ਅਤੇ ਚਰਖੇ ਦੀ ਸ਼ੁਰੂਆਤ ਵੀ ਕਰਵਾਈ। ਸਾਲ 1902 ਵਿੱਚ ਜਦੋਂ ਵਾਇਸਰਾਏ ਲਾਰਡ ਕਰਜ਼ਨ ਨੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਵਿੱਚ ਅੜਿੱਕਾ ਡਾਊਨ ਲਈ ਯੂਨੀਵਰਸਿਟੀ ਕਮਿਸ਼ਨ ਨਿਯੁਕਤ ਕੀਤਾ ਤਾਂ ਸਿਸਟਰ ਨਿਵੇਦਤਾ ਨੇ ਇਸ ਦੇ ਵਿਰੋਧ ਵਿੱਚ ਲਿਖਿਆ ਸਾਲ 1902 ਵਿੱਚ ਜਦੋਂ ਵਾਇਸਰਾਏ ਲਾਰਡ ਕਰਜ਼ਨ ਨੇ ਰਾਸ਼ਟਰੀ ਸਿੱਖਿਆ ਪ੍ਰਣਾਲੀ ਵਿੱਚ ਅੜਿੱਕਾ ਡਾਊਨ ਲਈ ਯੂਨੀਵਰਸਿਟੀ ਕਮਿਸ਼ਨ ਨਿਯੁਕਤ ਕੀਤਾ ਤਾਂ ਸਿਸਟਰ ਨਿਵੇਦਤਾ ਨੇ ਇਸ ਦੇ ਵਿਰੋਧ ਵਿੱਚ ਲਿਖਿਆ ਇਸ ਦੌਰਾਨ ਉਹਨਾਂ ਨੇ ਭਾਰਤੀ ਧਰਮ ਅਤੇ ਸੰਸਕ੍ਰਿਤੀ ਦੇ ਬਾਰੇ ਚੰਨਪਾਉਣ ਲਈ ਦੇਸ਼ ਵਿਆਪੀ ਯਾਤਰਾ ਕੀਤੀ ਉਨ੍ਹਾਂ ਨੇ ਨੌਜਵਾਨਾਂ ਨੂੰ ਦੇਸ਼ ਹਿੱਤ ਲਈ ਨਿਰਸਵਾਰਥ ਸੇਵਾ ਕਰਨ ਦੀ ਅਪੀਲ ਕੀਤੀ ਸਨ 1906 ਤੋਂ 1907 ਤੱਕ ਉਹ ਪੱਤਰਕਾਰਤਾ ਵਿੱਚ ਰੁੱਝੇ ਰਹੇ ਪ੍ਰਬੁੱਧ ਭਾਰਤ ਵਿੱਚ ਸੰਪਾਦਕੀ ਲਿਖਨ ਤੋਂ ਇਲਾਵਾ ਉਨ੍ਹਾਂ ਨੇ ਸੰਦਿਆ, ਦ ਡਾਉਨ ਅਤੇ ਨਿਊ ਇੰਡੀਆ ਜਿਹੇ ਪ੍ਰਕਾਸ਼ਨਾਂ ਵਿੱਚ ਵੀ ਯੋਗਦਾਨ ਦਿੱਤਾ ਸੈਨ 1907 ਵਿੱਚ ਉਹ ਬਰਤਾਨਵੀ ਸੰਸਦਾਂ ਦੇ ਨਾਲ ਬੈਠਕਾਂ ਅਤੇ ਇੰਟਰਵਿਊ ਦੇ ਜ਼ਰੀਏ ਭਾਰਤ ਦੀ ਸੁਤੰਤਰਤਾ ਦੇ ਲਈ ਅਨੁਕੂਲ ਮਾਹੌਲ ਬਣਾਉਣ ਲਈ ਇੰਗਲੈਂਡ ਗਏ ਅਤੇ ਉੱਥੇ ਅੰਗਰੇਜ਼ੀ ਮੈਗਜ਼ੀਨਾਂ ਵਿੱਚ ਲੇਖ ਵੀ ਲਿਖੇ। ਸਿਸਟਰ ਨਿਵੇਦਤਾ ਨੇ ਭਾਰਤ ਦੇ ਬਾਹਰ ਕ੍ਰਾਂਤੀਕਾਰੀ ਮੈਗਜ਼ੀਨਾਂ ਦੇ ਪ੍ਰਕਾਸ਼ਨ ਦਾ ਪ੍ਰਬੰਧ ਕੀਤਾ ਅਤੇ ਉਹਨਾਂ ਦੀ ਭਾਰਤ ਵਿੱਚ ਵੰਡ ਦਾ ਇੰਤਜ਼ਾਮ ਵੀ ਕੀਤਾ। ਉਹਨਾਂ ਨੇ ਵਿਦੇਸ਼ਾਂ ਵਿੱਚ ਇੱਧਰ-ਉੱਧਰ ਰਹਿ ਰਹੇ ਭਾਰਤੀ ਕ੍ਰਾਂਤੀਕਾਰੀਆਂ ਨੂੰ ਸੰਗਠਿਤ ਵੀ ਕੀਤਾ ਜਦੋਂ ਸਿਸਟਰ ਨਿਵੇਦਤਾ 1909 ਨੂੰ ਭਾਰਤ ਪਰਤੇ ਤਾਂ ਉਹਨਾਂ ਦੇ ਜ਼ਿਆਦਾਤਰ ਸਹਿਯੋਗੀ ਜੇਲ੍ਹ ਵਿੱਚ ਸਨ 13 ਅਕਤੂਬਰ 1911 ਨੂੰ 43 ਸਾਲ ਦੀ ਉਮਰ ਵਿੱਚ ਦਾਰਜਲਿੰਗ ਵਿੱਚ ਸਿਸਟਰ ਨਿਵੇਦਾ ਦਾ ਦੇਹਾਂਤ ਹੋ ਗਿਆ ਦਾਰਜਲਿੰਗ ਦੇ ਵਿਕਟੋਰੀਆ ਫਾਲਸ ਵਿੱਚ ਉਹਨਾਂ ਦੇ ਸਮਾਰਕ ਤੇ ਇਹ ਸ਼ਬਦ ਲਿਖੇ ਹਨ ਇੱਥੇ ਸਿਸਟਰ ਨਿਵੇਦਾ ਵਿਰਾਜਮਾਨੀ ਜਿਨ੍ਹਾਂ ਨੇ ਭਾਰਤ ਦੇ ਲਈ ਆਪਣਾ ਸਭ ਕੁਝ ਨਿਛਾਵਰ ਕਰ ਦਿੱਤਾ ਨਿਵੇਦਾ ਬ੍ਰੇਕ ਤੋਂ ਬਾਅਦ ਸਵਾਗਤ ਹੈ ਸ਼ਿਰਗੁਰ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਚੰਡੀਗੜ੍ਹ ਵਿਖੇ ਸੂਬਾ ਪਾਰਟੀ ਹੈੱਡਕੁਆਰਟਰ ਵਿੱਚ ਅੱਜ ਸੁਖਮਨੀ ਸਾਹਿਬ ਦੇ ਪਾਠ ਤੇ ਕੀਰਤਨ ਦਾ ਆਯੋਜਨ ਕੀਤਾ ਇਸ ਵਿੱਚ ਕੇਂਦਰ ਤੇ ਸੂਬੇ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ ਜਿਨ੍ਹਾਂ ਸੂਬੇ ਦੀ ਸਤਿਪਾਵਨਾ ਅਮਨ ਤੇ ਖੁਸ਼ਹਾਲੀ ਲਈ ਅਰਦਾਸ ਕੀਤੀ ਕੇਂਦਰੀ ਮੰਤਰੀ ਤੇ ਪੰਜਾਬ ਬੀਜੇਪੀ ਦੇ ਚੋਣ ਪ੍ਰਬਾਰੀ ਗਜੇਂਦਰ ਸਿੰਘ ਸ਼ੇਖਾਵਤ ਬੀਜੇਪੀ ਦੇ ਖੇਤਰੀ ਪ੍ਰਬਾਰੀ ਸੋਦਾਨ ਸਿੰਘ ਕੇਂਦਰੀ ਮੰਤਰੀ ਤੇ ਪੰਜਾਬ ਚੋਣਾਂ ਦੇ ਸਹਿ ਪ੍ਰਬਾਰੀ ਹਰਦੀਪ ਸਿੰਘ ਪੁਰੀ ਕੇਂਦਰੀ ਵਣਜ ਰਾਜ ਮੰਤਰੀ ਸੋਮਪrakash ਕੇਂਦਰੀ ਰਾਜ ਮੰਤਰੀ ਤੇ ਸਹਿ ਪਰਿਵਾਰੀ ਮਿਨਾਕਸ਼ੀ ਲੇਖੀ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤੇ ਪੰਜਾਬ ਬੀਜੇਪੀ ਪਰਿਵਾਰੀ ਦੁਸ਼ਯੰਤ ਗੋਤਮ ਬੀਜੇਪੀ ਦੇ ਕੌਮੀ ਜਨਰਲ ਸਕੱਤਰ ਤਰुण ਚੋਗ ਪੰਜਾਬ ਬੀਜੇਪੀ ਦੇ ਸਹਿ ਪਰਿਵਾਰੀ ਰਵਿੰਦਰ ਸਿੰਘ ਰੈਣਾ ਪੰਜਾਬ ਬੀਜੇਪੀ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਕੌਮੀ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾੰਪਲਾ ਸਮੇਤ ਕਈ ਹੋਰ ਨੇਤਾ ਇਸ ਮੌਕੇ ਮੌਜੂਦ ਸਨ ਪਾਰਟੀ ਵੱਲੋਂ ਨਵਾਂ ਪੰਜਾਬ ਪਾਜਪਾ ਦੇ ਨਾਲ ਸਿਰਲੇਖਿਤ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਕੇਂਦਰ ਸਰਕਾਰ ਦੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਕੱਚੇ ਘਰਾਂ ਵਿੱਚ ਰਹਿ ਰਹੇ ਲੱਖਾਂ ਲੋਕਾਂ ਲਈ ਵਰਦਾਨ ਸਾਬਤ ਹੋਈ ਹੈ। ਸਰਕਾਰ ਵੱਲੋਂ ਇਸ ਯੋਜਨਾ ਤਹਿਤ ਦਿੱਤੀ ਗਈ مالی ਮਦਦ ਨਾਲ ਲੋੜਵੰਦਾਂ ਨੂੰ ਪੱਕੀ ਛੱਤ ਨਸੀਬ ਹੋਈ ਹੈ। ਖਰੜ ਨਗਰ ਪ੍ਰੀਸ਼ਦ ਅਦੀਨ ਪੰਦੇਖਾਨਪੁਰ ਪਿੰਡ ਦੇ ਕਈ ਗਰੀਬ ਲੋਕਾਂ ਨੂੰ ਆਵਾਸ ਯੋਜਨਾ ਦਾ ਲਾਭ ਮਿਲਿਆ ਹੈ। ਪ੍ਰੀਸ਼ਦ ਦੇ ਕਾਰਜਕਾਰੀ ਅਧਿਕਾਰੀ ਰਾਜੇਸ਼ ਸ਼ਰਮਾ ਨੇ ਪ੍ਰਸਾਰ پارٹی ਦੇ ਨੁਮਾਇੰਦੇ ਨਾਲ ਗੱਲ ਕਰਦਿਆਂ ਯੋਜਨਾ ਦੇ ਅਮਲੀ ਰੂਪ ਬਾਰੇ ਜਾਣਕਾਰੀ ਦਿੱਤੀ। ਪਰਧਾਨ ਮੰਤਰੀ ਆਵਾਸ ਯੋਜਨਾ ਤੋਂ ਲਾਭ ਲੈਣ ਵਾਲੇ ਲਾਭਾਰਥੀ ਇਸੇ ਯੋਜਨਾ ਨੂੰ ਲਾਗੂ ਕਰਨ ਤੇ ਕੇਂਦਰ ਸਰਕਾਰ ਦਾ ਧੰਨਵਾਦ ਕਰਦੇ ਨੇ। ਪ੍ਰਧਾਨ ਮੰਤਰੀ ਆਵਾਸ ਯੋਜਨਾ ਨੇ ਛੰਨ ਮਕਾਨ ਪੱਕਾ ਕਰਨੇ ਵਾਸਤੇ ਪੈਸੇ ਦਿੱਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਦੇ ਚੁਕੜੀ। ਮੇਰੇ ਪ੍ਰਧਾਨ ਮੰਤਰੀ ਮੋਦੀ ਦਾ ਦਿলো ਸ਼ੁਕਰੀਆ ਦਾ ਬਾਰਾ। ਸਾਡਾ ਮਕਾਨ ਪੱਕਾ ਹੋ ਗਿਆ ਜੀ। ਪਹਿਲਾਂ ਸਾਡਾ ਮਕਾਨ ਕੱਚਾ ਦਾ ਜੀ। ਠੀਕ ਆ ਜੀ। ਸਾਨੂੰ ਸਰਕਾਰ ਨੇ ਮਦਦ ਲਈ ਆ। ਠੀਕ ਆ ਜੀ। ਅਸੀਂ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆ। ਮੋਦੀ ਸਾਹਿਬ ਦਾ ਧੰਨਵਾਦ ਕਰਦੇ ਆਂ ਕਰਨ ਸਰ ਤੁਹਾਨੂੰ ਪੱਕੇ ਮਕਾਨਾ ਵਾਸਤੇ ਸਹਾਇਤਾ ਦਿੱਤੀ ਗਈ ਹੈ ਹਵਾਸ ਯੋਜਨਾ ਇਹ ਸਭ ਦਾ ਹੀ ਸ਼ੁਕਰ ਗੁਜ਼ਾਰ ਬਹੁਤ ਧੰਨਵਾਦ ਹਾਂ ਸਰ ਦਾ ਸਹੀ ਪਿਆ 10000 ਰੁਪਏ ਸਾਨੂੰ ਜੀ ਆ ਗਏ ਸਾਨੂੰ ਟੋਟਲ 1.5 ਲੱਖ ਮਿਲਣ ਲੱਗੇ ਮੰਤਰੀ ਮੋਦੀ ਦਾ ਸ਼ੁਕਰੀਆ ਕਰਦੇ ਆਂ ਪੱਕੀਆਂ ਛੱਤਾਂ ਤੇ ਪਲੈਸਾ ਵੀ ਬਣ ਗਏ ਆ ਫर्श ਵੀ ਪੈ ਸਾਨੂੰ 1.5 ਲੱਖ ਰੁਪਏ ਦੇ ਕੇ ਸਰਕਾਰ ਨੇ ਬੜੀ ਮਦਦ ਕੀਤੀ ਸਾਨੂੰ ਪ੍ਰਧਾਨ ਮੰਤਰੀ ਯੋਜਨਾ 1.5 ਲੱਖ ਰੁਪਏ ਦੇ ਰਹੀ ਹੈ ਜੀ ਸਾਨੂੰ ਸ਼ੁਕਰ ਹੈ ਅੱਛੇ ਤੋਂ ਪੱਕਾ ਮਕਾਨ ਬਣ ਜਾਏ ਜੀ ਤੇ ਮਕਾਨ ਜ ਬੜੀ ਔਖੀ ਸੀ ਜੀ ਬਹੁਤ ਔਖੀ ਸੀ ਦੇਦੇ ਛੱਤਾਂ ਤੋਂ ਮਿੱਟੀ ਗਿਰਦੀ ਸੀ ਜੀ ਬਹੁਤ ਹਾਲ ਸੀ ਪਰਧਾਨ ਮੰਤਰੀ ਸਵੈਨidhi ਯੋਜਨਾ ਕੇਂਦਰ ਸਰਕਾਰ ਵੱਲੋਂ ਪਿਛਲੇ ਵਰੇ ਪਹਿਲੀ ਜੂਨ ਨੂੰ ਸ਼ੁਰੂ ਕੀਤੀ ਗਈ ਸੀ ਇਸ ਯੋਜਨਾ ਤਹਿਤ ਰੇੜੀ ਫੜੀ ਲਗਾਉਣ ਵਾਲੇ ਮਜ਼ਦੂਰ 10000 ਰੁਪਏ ਤੱਕ ਦਾ ਸ਼ਾਰਟ ਟਰਮ ਕਰਜ਼ ਲੈ ਸਕਦੇ ਨੇ ਸੂਬੇ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਵੀ ਕਈ ਜ਼ਰੂਰਤਮੰਦਾਂ ਨੇ ਇਸ ਯੋਜਨਾ ਤੋਂ ਲਾਭ ਲੈਂਦਿਆਂ ਕਰਜ਼ ਲਿਆ ਤੇ ਆਪਣੇ ਕੰਮਕਾਜ ਨੂੰ ਵਿਧਾਇਆਈ ਫਾਜ਼ਿਲਕਾ ਦੇ ਸਾਈਕਲ ਬਾਜ਼ਾਰ ਵਿੱਚ ਵੈਲਡਿੰਗ ਦਾ ਕੰਮ ਕਰਦੇ ਰਾਜੀਸ਼ ਕੁਮਾਰ ਸਰਕਾਰ ਦੀ ਪਹਿਲ ਤੋਂ ਖੁਸ਼ ਨੇ ਤੇ ਕੇਂਦਰ ਦਾ ਧੰਨਵਾਦ ਕਰਦੇ ਨੇ रिक्शा चलाण वाले कृष्णलाल नु ए 10000 ਰੁਪਏ ਦੇ ਕਰਜ਼ ਨੇ ਆਪਣਾ ਰਿਕਸ਼ਾ ਖਰੀਦਣ ਵਿੱਚ ਮਦਦ ਕੀਤੀ ਹੈ। ਜਮਦੀਦੀ ਯੋਜਨਾ ਉਹਦੇ ਵਿੱਚ ਮੈਂ ਮੈਨੂੰ ਵੀ ਪਤਾ ਲੱਗਿਆ ਵੀ ਲੋਨ ਮਿਲ ਰਿਹਾ ਹੈ ਮੈਂ ਲੋਨ ਲਿਆ 10000 ਦਾ ਉਹਦਾ ਮੈਨੂੰ ਬਹੁਤ ਫਾਇਦਾ ਹੋਇਆ ਉਹਦੇ ਵਿੱਚ ਮੈਂ ਆਦਾ ਮਾਲ ਪਾਇਆ ਹੁਣ ਮੈਨੂੰ ਨਵੇਂ ਰੂਟੀਨ ਕਿਸ਼ਤ ਲਟਾ ਰਿਹਾ ਉਹਨਾਂ ਦੀ ਕਾਫੀ ਫਾਇਦਾ ਹੋਇਆ ਉਹਦੇ ਨਾਲ ਤੇ ਇਸ ਨਾਲ ਹੀ ਖਬਰਾਂ ਦਾ ਇਹ ਬਲੇਟਨ ਖਤਮ ਹੁੰਦਾ ਹੈ ਆਗਿਆ ਦਿਓ ਨਮਸਕਾਰ